ਵਿਦੇਸ਼ ਭੱਜਣ ਵਾਲੇ ਗੈਂਗਸਟਰਾਂ ਤੇ ਸਿਕੰਜਾ ਕਸਣ ਦੀ ਤਿਆਰੀ ਦੇ ਵਿੱਚ ਵਿਦੇਸ਼ ਬੈਠੇ ਗੈਂਗਸਟਰਾਂ ਦੀ NIA ਜਾਂਚ ਕਰੇਗੀ। ਕੇਂਦਰੀ ਗ੍ਰਹਿ ਮੰਤਰਾਲੇ ਨੂੰ ਖੁਫੀਆ ਏਜੰਸੀਆਂ ਤੋਂ ਇਨਪੁਟਸ ਮਿਲੇ ਨੇ। ਕੇਂਦਰੀ ਗ੍ਰਹਿ ਮੰਤਰਾਲੇ ਨੇ NIA ਨੂੰ ਜਾਂਚ ਸੌਂਪ ਦਿੱਤੀ। ਇਮੀਗ੍ਰੇਸ਼ਨ ਕੰਪਨੀਆਂ ਦੇ ਖਿਲਾਫ ਪੰਜਾਬ ਪੁਲਿਸ ਤੇ NIA ਸ਼ੁਰੂ ਕਰੇਗੀ ਸਾਂਝਾ ਆਪਰੇਸ਼ਨ। ਇੰਟਰਸਟੇਟ ਨੈਕਸਸ ਦੇ ਨਾਲ ਜੁੜੇ ਫਰਜ਼ੀ ਪਾਸਪੋਰਟ ਮਾਮਲੇ ਦੇ ਤਹਿਤ ਫਰਜ਼ੀ ਪਾਸਪੋਰਟਸ ਦੇ ਰਾਹੀਂ ਵਿਦੇਸ਼ ਭੱਜ ਚੁੱਕੇ ਨੇ 153 ਵੱਡੇ ਗੈਂਗਸਟਰ, ਜਿਨ੍ਹਾਂ ਦੇ ਵਿੱਚੋਂ 47 ਪੰਜਾਬ ਦੇ ਨਾਲ ਨੇ। ਇਹ ਲਾਰੈਂਸ ਬਿਸ਼ਨੋਈ ਗੈਂਗ ਅਤੇ ਜੱਗੂ ਭਗਵਾਨਪੁਰੀਆ ਦੀ ਗੈਂਗ ਦੇ ਨਾਲ ਜੁੜੇ ਹੋਏ ਨੇ। ਵਿਦੇਸ਼ ਬੈਠੇ ਗੈਂਗਸਟਰ ਕਿਹੜੇ ਕਿਹੜੇ ਨੇ ਉਹਨਾਂ ਦੇ ਨਾਮ ਵੀ ਅਸੀਂ ਤੁਹਾਨੂੰ ਦੱਸ ਰਹੇ ਹਾਂ। ਸੁਖਦੂਲ ਸਿੰਘ ਸੁੱਖਾ, ਗੁਰਪਿੰਦਰ ਸਿੰਘ ਉਰਫ ਬਾਬਾ ਕੈਨੇਡਾ ਦੇ ਵਿੱਚ ਬੈਠਾ ਹੋਇਆ, ਗੁਰਪਿੰਦਰ ਸਿੰਘ ਉਰਫ ਬਾਬਾ ਵੀ ਕੈਨੇਡਾ ਦੇ ਵਿੱਚ ਬੈਠਾ ਹੋਇਆ, ਸਤਵੀਰ ਸਿੰਘ ਉਰਫ ਸੈਮ ਕੈਨੇਡਾ ਦੇ ਵਿੱਚ ਬੈਠਾ ਹੋਇਆ, ਲਖਵੀਰ ਸਿੰਘ ਉਰਫ ਲੰਡਾ ਵੀ ਕੈਨੇਡਾ ਦੇ ਵਿੱਚ ਬੈਠਾ ਹੋਇਆ, ਤਾਂ ਅਰਸ਼ਦੀਪ ਉਰਫ ਅਰਸ਼ ਡੱਲਾ ਵੀ ਕੈਨੇਡਾ ਦੇ ਵਿੱਚ ਬੈਠਾ ਹੋਇਆ, ਚਕਨਜੀਤ ਸਿੰਘ ਉਰਫ ਰਿੰਕੂ ਵੀ ਕੈਨੇਡਾ ਦੇ ਵਿੱਚ ਬੈਠਾ ਹੋਇਆ, ਰਮਨਦੀਪ ਉਰਫ ਜੱਜ ਵੀ ਕੈਨੇਡਾ ਦੇ ਵਿੱਚ ਬੈਠਾ ਹੋਇਆ, ਗਗਨਦੀਪ ਸਿੰਘ ਉਰਫ ਗਗਨਾ ਹਥੂਰ ਵੀ ਕੈਨੇਡਾ ਦੇ ਵਿੱਚ ਬੈਠਾ ਹੋਇਆ, ਵਿਕਰਮਜੀਤ ਸਿੰਘ ਬਰਾੜ ਯੂਰਪ ਹੈ, ਰੋਹਿਤ ਗੰਦਾਰਾ ਯੂਰਪ ਦੇ ਵਿੱਚ ਹੈ, ਗੌਰਵ ਪਟਿਆਲ ਉਰਫ ਲੱਕੀ ਅਰਮੇਨੀਆ ਦੇ ਵਿੱਚ ਹੈ। ਸਹਿਯੋਗੀ ਮਨੋਜ ਜੋਸ਼ੀ ਸਾਡੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਨੇ, ਗੱਲਬਾਤ ਕਰਦੇ ਹਾਂ। ਮਨੋਜ ਜੋਸ਼ੀ ਜੀ, ਕਈ ਗੈਂਗਸਟਰ ਨੇ ਜੋ ਕੈਨੇਡਾ, ਅਰਮੇਨੀਆ, ਆਸਟ੍ਰੇਲੀਆ ਅਜਿਹੀਆਂ ਥਾਵਾਂ 'ਤੇ ਬੈਠੇ ਹੋਏ ਨੇ, ਔਰ ਇਹਨਾਂ ਦੇ ਵਿੱਚੋਂ ਜਾਣਕਾਰੀ ਇਹ ਆ ਰਹੀ ਹੈ ਕਿ ਜ਼ਿਆਦਾਤਰ ਜੋ 47 ਗੈਂਗਸਟਰ ਨੇ ਉਹ ਪੰਜਾਬ ਦੇ ਨਾਲ ਜੁੜੇ ਹੋਏ ਨੇ, ਕੀ ਕੁਝ ਹੋਰ ਜਾਣਕਾਰੀ ਹੈ? ਗੈਂਗਸਟਰ ਨੂੰ ਕੋਈ ਪਕੜਿਆ ਜਾਂਦਾ ਸੀਗਾ ਜਾਂ ਪਾਸਪੋਰਟ ਗੋਟ ਆਉਂਦਾ ਸੀਗਾ ਜਾਂ ਕੋਈ ਪੰਜਾਬ ਸੋਚ ਜਾਂਦਾ ਸੀ ਕਿ ਹਿੰਦੁਸਤਾਨ 'ਚ ਬੈਠਾ ਜਾਂ ਪੰਜਾਬ 'ਚ ਬੈਠਾ, ਉਹ ਬਾਹਰ ਜਾਂਦਾ ਸੀਗਾ। ਤਾਂ ਇਹ ਗੱਲ ਸਾਹਮਣੇ ਆ ਰਹੀ ਸੀ ਕਿ ਜਿਹੜੇ ਜਿੰਨੇ ਵੀ ARB ਕੈਟਾਗਰੀ ਦੇ ਗੈਂਗਸਟਰ ਹੈਗੇ ਨੇ ਉਹ ਜਾਲੀ ਪਾਸਪੋਰਟ ਬਣਵਾ ਕੇ ਬਾਹਰ ਜਾ ਰਹੇ ਨੇ। ਇਹਨੂੰ ਲੈ ਕੇ ਜਿਹੜਾ ਮਿਨਿਸਟਰੀ ਆਫ ਹੋਮ ਅਫੇਅਰ ਸੀਗਾ ਔਰ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਸੀ, ਦੋਨੋਂ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਸੀਗੇ। ਤੁਹਾਨੂੰ ਗੱਲ ਇਹ ਸਾਹਮਣੇ ਹੈ ਕਿ ਤਕਰੀਬਨ 100 ARB ਕੈਟਾਗਰੀ ਦੇ 53 ਇਹੋ ਜਿਹੇ ਗੈਂਗਸਟਰ ਸੀਗੇ ਜਿਹਨਾਂ ਵੱਲੋਂ ਇਹ ਜਿਹੀਆਂ ਕਾਰਵਾਈਆਂ ਗਈਆਂ, ਔਰ 47 ਤਾਂ ਬਹੁਤ ਹੀ ਇਹ ਕੈਟਾਗਰੀ ਦੇ ਗੈਂਗਸਟਰ ਹੈ ਜਿਨ੍ਹਾਂ ਨੇ ਜਾਲੀ ਪਾਸਪੋਰਟ ਬਣਵਾਏ ਤੇ ਉਹ ਬਾਹਰ ਚਲੇ ਗਏ ਨੇ। ਹੁਣ ਜਿਹੜਾ ਆਪਣਾ ਗ੍ਰਹਿ ਮੰਤਰਾਲੇ ਹੈਗਾ ਉਹਨਾਂ ਨੇ ਇਸ ਪੂਰੇ ਮਾਮਲੇ ਦੀ ਜਿਹੜੀ ਜਾਂਚ ਹੈਗੀ ਹੈ NIA ਨੂੰ ਸੌਂਪੀ ਹੈ ਤਾਂ ਕਿ ਪਤਾ ਲਗਾਇਆ ਜਾਵੇ ਕਿਸ ਤਰ੍ਹਾਂ ਬਣਦਾ, ਕਿਉਂਕਿ ਦੇਖੋ ਮੋਹਾਲੀ ਦੀ ਗੱਲ ਕਰੀਏ ਆਪਾਂ, ਚੰਡੀਗੜ੍ਹ ਗੱਲ ਕਰੀਏ, ਪੰਜਾਬ ਦੇ ਲੁਧਿਆਣੇ ਦੀ ਗੱਲ ਕਰੀਏ, ਬਠਿੰਡੇ ਦੀ ਗੱਲ ਕਰੀਏ, ਅੰਮ੍ਰਿਤਸਰ ਦੀ ਗੱਲ ਕਰੀਏ, ਪੰਜਾਬ ਦੇ ਮੈਕਸੀਮਮ ਇਹੋ ਜਿਹੇ ਸ਼ਹਿਰ ਨੇ ਜਿੱਥੇ ਕਿ ਇਮੀਗ੍ਰੇਸ਼ਨ ਦਾ ਜਿਹੜਾ ਕੰਮ ਆ ਢੜਾ ਲੈਣਾ ਹੁੰਦਾ ਹੈਗਾ, ਤੇ ਉੱਥੇ ਪਹਿਲਾਂ ਵੀ ਇਹ ਕੰਪਨੀਆਂ, ਬਹੁਤ ਸਾਰੀਆਂ ਕੰਪਨੀਆਂ ਦੇ ਕੰਮ ਕਰਨ ਵਾਲੀਆਂ ਨੇ, ਉਹ ਜਿਹੜੀਆਂ ਸੀਗੀਆਂ ਸਕੈਨ 'ਚ ਆਈਆਂ ਸਰਕਾਰਾਂ ਦੇ, ਪਰ ਕੋਈ ਵੱਡੀ ਪੁਖਤਾ ਕਾਰਵਾਈ ਨਹੀਂ। ਪਰ ਹੁਣ ਜੋ NIA ਹੈਗੀ ਹੈ ਜਦੋਂ ਕੋਈ ਜਾਂਚ NIA ਕਰਦੀ ਹੈ, ਕੀ ਕੋਈ ਅਜਿਹੀ ਜਾਣਕਾਰੀ ਆਈ ਕਿ ਕਿਸ ਤਰ੍ਹਾਂ ਦੀ ਕਾਰਵਾਈ ਆਰੰਭੀ ਜਾ ਸਕਦੀ ਹੈ? ਜੀ ਤੁਹਾਡਾ ਸਵਾਲ ਦੁਆਰਾ ਬੋਲੋ ਜੋਸ਼ੀ ਜੀ। ਜਿਸ ਤਰ੍ਹਾਂ ਇਮੀਗ੍ਰੇਸ਼ਨ ਸੈਂਟਰਸ ਦੀ ਆਪਾਂ ਗੱਲ ਕਰ ਰਹੇ ਹਾਂ, ਅਕਸਰ ਆਪਾਂ ਦੇਖਦੇ ਹਾਂ ਕਿ ਠੱਗੀ ਠੋਰੀ ਦਾ ਕੰਮ ਕਈ ਸਾਰੇ ਇਮੀਗ੍ਰੇਸ਼ਨ ਸੈਂਟਰਸ ਦੇ ਵਿੱਚ ਚੱਲਦਾ ਹੈ। ਲਗਾਤਾਰ ਗਲਤ ਪਾਸਪੋਰਟ ਦੇ ਆਧਾਰ ਤੇ ਬਹੁਤ ਸਾਰੇ ਲੋਕਾਂ ਨੂੰ ਜਿਸ ਤਰ੍ਹਾਂ ਆਪਾਂ ਦਿਖਾ ਰਹੇ ਹਾਂ ਕਿ ਵਿਦੇਸ਼ ਭੇਜਿਆ ਗਿਆ, ਇਹਨਾਂ ਦੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਸਕਦੀ ਹੈ? ਦੇਖੋ ਸਭ ਤੋਂ ਪਹਿਲਾਂ ਜਦੋਂ NIA ਕਾਰਵਾਈ ਕਰਦੀ ਹੈਗੀ, ਜਿਹੜੇ ਸਾਰੇ ਗੈਂਗਸਟਰ ਨੇ, ਠੀਕ ਹੈ, ਇਹ ਜਿਹੜਾ ਇਹਨਾਂ ਪਰ ਜਿਹੜਾ ਹੈਗਾ ਆਰਗਨਾਈਜ਼ ਕ੍ਰਾਈਮ ਐਕਟ ਦੇ ਤਹਿਤ ਜਿਹੜਾ ਕੇਸ ਦਰਜ ਹੁੰਦਾ ਹੈਗਾ, ਤਾਂ ਜੋ ਇਹਨਾਂ ਦੇ ਲਾਈਸੈਂਸ ਜੋ ਪਾਸਪੋਰਟ ਬਣਾ ਕੇ ਦੇਗਾ ਜਾਲੀ, ਤਾਂ ਉਹਨਾਂ ਨੂੰ ਵੀ ਇਸੀ ਕੈਟੇਗਰੀ ਰੱਖਿਆ ਜਾਏਗਾ, ਉਹਨਾਂ ਪਰ ਕਾਰਵਾਈ ਵੀ ਹੋਊਗੀ। ਔਰ ਆਸ ਪਾਸ ਦੇ ਜਿਹੜੇ ਸਟੇਟਾਂ ਨੇ, ਜਿਹੜਾ ਪੰਜਾਬ ਦੇ ਆਪਾਂ ਗੈਂਗਸਟਰ ਦੀ ਗੱਲ ਕਰਦੇ ਹਾਂ, ਉਹ ਹਰਿਆਣੇ ਜੋ ਲਾਈਸ ਆਪਣਾ ਪਾਸਪੋਰਟ ਬਣਾਉਂਦੇ ਆ, ਉਸ ਨਾਲ ਉਹ ਹਿਮਾਚਲ ਤੋਂ ਬਣਵਾ ਸਕਦੇ ਆ, ਰਾਜਸਥਾਨ ਤੋਂ ਬਣਵਾ ਲੈਂਦੇ ਆ, ਅਤੇ ਇਹਦੀ ਨਾਲ ਦੀਆਂ ਸਟੇਟਾਂ ਨੇ ਉਹਨਾਂ ਨਾਲ ਵੀ ਇਹਨਾਂ ਲਿੰਕ ਹੁੰਦੇ ਨੇ, ਉੱਥੇ ਵੀ ਜਿਹੜਾ ਹੈਗਾ ਪੂਰਾ ਇਹਨੂੰ ਖੰਘਾਲਣ ਦੀ ਜ਼ਰੂਰਤ ਹੈਗੀ ਅਤੇ ਖੰਘਾਲਿਆ ਜਾ ਰਿਹਾ ਹੈਗਾ। ਪਰ ਜੇ ਇਮੀਗ੍ਰੇਸ਼ਨ ਦੀ ਗੱਲ ਕਰਦੀ ਹੈ ਤਾਂ ਪੰਜਾਬ ਦੇ ਵਿੱਚ ਬਹੁਤ ਬੜਾ ਜਿਹੜਾ ਇਮੀਗ੍ਰੇਸ਼ਨ ਜਿਹੜਾ ਕਾਰੋਬਾਰ ਹੈ ਇਸ ਦੇ ਉੱਪਰ ਆਧਾਰਿਤ ਹੈ, ਕਿ ਤਾਂ ਕਿ ਜਿਹੜੇ ਉਹ ਲੋਕ ਜਿਹੜੇ ਕਿ ਸਹੀ ਤਰੀਕੇ ਨਾਲ ਬਾਹਰ ਨਹੀਂ ਜਾ ਸਕਦੇ, ਉਹ ਗਲਤ ਤਰੀਕੇ ਨਾਲ ਜਾਂ ਕੋਈ ਸ਼ਾਰਟਕਟ ਨਾਲ ਬਾਹਰ ਜਾਣਾ ਚਾਹੁੰਦੇ ਆ, ਉਹ ਤੋਂ ਬੜੇ ਪੈਸੇ ਵੀ ਕੱਟ ਕਰਦੇ ਆ, ਉਹ ਲੋਕ ਜਿਹੜੇ ਨੇ ਇਹਨਾਂ ਇਮੀਗ੍ਰੇਸ਼ਨ ਕੰਪਨੀਆਂ ਵਾਸਤੇ ਇੱਕ ਬਹੁਤ ਬੜਾ ਸਵਰਗ ਬਣੇ ਹੋਏ ਨੇ, ਕਿਉਂਕਿ ਉਹਨਾਂ ਨੂੰ ਪੈਸਾ ਵੀ ਮਿਲਦਾ ਤੇ ਕੰਮ ਹੋਵੇ ਜਾਂ ਨਾ ਹੋਵੇ ਜਵਾਬ ਵੀ ਦਿੰਦੇ ਆ, ਔਰ ਇਸੇ ਦੇ ਵਿੱਚ ਜਿਹੜੇ ਉਹਨਾਂ ਡਾਕੂਮੈਂਟਸ ਹੈ ਉਹ ਜਾਲੀ ਪਾਸਪੋਰਟ ਬਣਾਉਣ ਵਾਸਤੇ ਅੱਗੇ ਇਸਤੇਮਾਲ ਕੀਤੇ ਜਾਂਦੇ ਆ। ਜੀ
ਠੀਕ ਹੈ ਜੋਸ਼ੀ ਜੀ, ਬਹੁਤ ਬਹੁਤ ਸ਼ੁਕਰੀਆ ਤਮਾਮ ਜਾਣਕਾਰੀ ਸਾਡੇ ਤੱਕ ਪਹੁੰਚਾਉਣ ਦੇ ਲਈ। ਤਾਂ ਵਿਦੇਸ਼ ਭੱਜਣ ਵਾਲੇ ਗੈਂਗਸਟਰਾਂ ਦੇ ਸ਼ਿਕੰਜਾ ਕਸਣ ਦੀ ਤਿਆਰੀ ਦੇ ਵਿੱਚ ਹੈ NIA। ਕਈ ਗੈਂਗਸਟਰ ਜੋ ਪੰਜਾਬ ਨਾਲ ਸੰਬੰਧਿਤ ਨੇ, ਕਰੀਬ 153 ਟੋਟਲ ਗੈਂਗਸਟਰ ਨੇ ਅਤੇ ਪੰਜਾਬ ਦੇ ਨਾਲ ਸੰਬੰਧਿਤ 47 ਗੈਂਗਸਟਰ ਨੇ ਜੋ ਵਿਦੇਸ਼ ਦੇ ਵਿੱਚ ਜਾ ਕੇ ਲੁੱਕ ਕੇ ਬੈਠ ਗਏ ਨੇ।